ਹਿੱਟ ਐਂਡ ਰਨ ਮਾਮਲੇ ਦੇ ਉੱਪਰ ਸਰਕਾਰ ਵੱਲੋਂ ਬਣਾਏ ਨਵੇਂ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੇ ਵਿੱਚ ਜਿਹੜੇ ਡਰਾਈਵਰ ਨੇ ਉਹ ਹੜਤਾਲ ਦੇ ਉੱਪਰ ਚਲੇ ਗਏ ਨੇ ਡਰਾਈਵਰ ਨੇ ਟੈਂਕਰਾਂ ਦੇ ਹੋਣ ਚਾਹੀਏ ਟਰੱਕਾਂ ਦੇ ਹੋਣ ਜਿਸ ਕਰਕੇ ਸਭ ਤੋਂ ਵੱਧ ਜਿਹੜੀ ਸਪਲਾਈ ਪ੍ਰਭਾਵਿਤ ਹੋਈ ਹੈ ਉਹ ਹੈ ਡੀਜ਼ਲ ਤੇ ਪੈਟਰੋਲ ਦੀ ਤੇ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਪੈਟਰੋਲ ਪੰਪਾਂ ਦੇ ਉੱਪਰ ਲੋਕ ਜਾ ਰਹੇ ਨੇ ਤੇਲ ਪਾਉਣ ਦੇ ਲਈ ਪਰ ਤੇਲ ਨਹੀਂ ਮਿਲ ਰਿਹਾ ਦੂਜੀ ਗੱਲ ਕਰੀਏ ਪੀ ਆਰਟੀਸੀ ਦੀ ਜਿਹੜੀ ਪੰਜਾਬ ਦੀ ਆਵਾਜ਼ ਹੈ ਇਹਦਾ ਸਭ ਤੋਂ ਵੱਡਾ ਸਾਧਨ ਆਮ ਲੋਕਾਂ ਦਾ ਰੀੜ ਦੀ ਹੱਡੀ ਹੈ ਟਰਾਂਸਪੋਰਟ ਦੀ ਉਹਦੇ ਬਾਰੇ ਕਿਸ ਤਰ੍ਹਾਂ ਦੇ ਹਾਲਾਤ ਨੇ ਮੇਰੇ ਨਾਲ ਖੁਦ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਸਿੰਘ ਹੜਾਣਾ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕਿ ਪੀਆਰਟੀਸੀ ਦੇ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਕਦਮ ਨੇ ਉਹ ਚੁੱਕੇ ਜਾ ਰਹੇ ਨੇ ਹੜਾਣਾ ਸਾਹਿਬ ਡੀਜ਼ਲ ਦੀ ਸਪਲਾਈ ਪੈਟਰੋਲ ਦੀ ਸਪਲਾਈ ਘਟ ਰਹੀ ਹੈ ਪੀਆਰਟੀਸੀ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹੋਏ ਕਿ ਜੇ ਹੜਤਾਲ ਜਾਰੀ ਰਹਿੰਦੀ ਹੈ ਟਰੰਕ ਡੀਜ਼ਲ ਜਾਂ ਪੈਟਰੋਲ ਦੀ ਸਪਲਾਈ ਵਾਲੀ ਗੱਡੀਆਂ ਦੀ ਬ੍ਰਦਰ ਜੇ ਮੈਂ ਪੀਆਰਟੀਸੀ ادارے ਦੀ ਗੱਲ ਕਰਾਂ ਅੱਜ ਦੀ ਡੇਟ 'ਚ ਪੀਆਰਟੀਸੀ ਦਾ ਆਪਰੇਸ਼ਨ ਵਿਦਿਨ ਪੰਜਾਬ ਬਿਲਕੁਲ ਨੋਰਮਲ ਚੱਲ ਰਿਹਾ ਹੈ। ਤੇ ਸਵੇਰੇ ਸਾਡੇ ਆਫਸਰ ਮੀਟਿੰਗ ਕੀਤੀ ਸੀ ਅਸੀਂ ਜਿਹੜੀ ਇੰਟਰ ਸਟੇਟ ਜਿਹੜੀ ਸਾਡੀ ਬੱਸੀਜ਼ ਆ ਅਸੀਂ ਉਹਨਾਂ ਦੀ ਸਪਲਾਈ ਕਾਫੀ ਹੱਦ ਤੱਕ ਘਟਾਈ ਹੈ। ਤੇ ਪੰਜਾਬ ਚ ਆਪਰੇਸ਼ਨ ਅੱਜ ਵੀ ਤੇ ਕੱਲ ਦੁਪਹਿਰ ਤੱਕ ਵੀ ਪੀਆਰਟੀਸੀ ਦਾ ਬਿਲਕੁਲ ਇਸ ਤਰ੍ਹਾਂ ਨਾਰਮਲ ਚੱਲੂਗਾ ਜੀ ਸਰ ਬਸਾਂ ਰੋਕਣ ਦੀ ਗੱਲ ਆ ਰਹੀ ਹੈ ਕਿ ਬਸਾਂ ਜਿਹੜੀ ਆਵਾਜਾਈ ਸੀਗੀ ਪੀਆਰਟੀਸੀ ਦੇ ਪਰ ਲੋਕ ਘਟਾ ਦਿੱਤੀ ਗਈ ਹੈ ਪੰਜਾਬ ਚ ਘਟਾਈ ਗਈ ਹੈ ਜਿਹੜੇ ਬਾਹਰ ਦੇ ਰਾਜ ਨੇ ਉਹਨਾਂ ਨੂੰ ਘਟਾਈ ਗਈ ਹੈ ਨਹੀਂ ਦੇਖੋ ਜਿਹੜੀ ਸਪਲਾਈ ਜਿਹੜੀ ਹੈ ਪੰਜਾਬ ਚ ਆਪਰੇਸ਼ਨ ਬਿਲਕੁਲ ਨਾਰਮਲ ਚੱਲ ਰਿਹਾ ਪੀਆਰਟੀਸੀ ਦਾ ਤੇ ਜਿਹੜੀਆਂ ਪੀਆਰਟੀਸੀ ਤੋਂ ਅਦਰ ਸਟੇਟਾਂ ਨਾਲ ਜਿਹੜੀਆਂ ਸਾਡੀ ਬੱਸੀ ਜਾਂਦੀਆਂ ਸੀਗੀਆਂ ਕਿਉਂਕਿ PRTC ਤੋਂ 7 ਸਟੇਟਾਂ ਨਾਲ ਇਦਾਂ ਦਾ ਕੰਟਰੈਕਟ ਹੈ ਜਿਹੜੇ 7 ਸਟੇਟਾਂ 'ਚ PRTC ਬੱਸਾਂ ਜਾਂਦੀਆਂ ਤੇ ਉਹ ਅਦਰ ਸਟੇਟਾਂ ਵਾਲੀ ਬੱਸੀ ਜਿਸੀਂ ਘਟਾਈਆਂ ਤੇ ਪਰ ਮੈਂ ਕਿ ਤੁਹਾਨੂੰ ਗੱਲ ਹੋਰ ਤਾਂ ਦੱਸਣੀ ਚਾਹੁੰਨਾ ਪੀ ਪਟਿਆ ਪੰਜਾਬ ਤੋਂ ਜਿਹੜੀ ਦਿੱਲੀ ਨੂੰ ਜਿਹੜੀ ਸਾਡੀ ਵੋਲਵੋ ਦੀ ਕਨੈਕਟੀਵਿਟੀ ਹੈ ਉਹ ਸਾਡੀ ਕਨੈਕਟੀਵਿਟੀ ਇਸੇ ਤਰ੍ਹਾਂ ਹੀ ਨੋਰਮਲ ਹੋਊਗੀ ਜਿੰਨੀਆਂ ਵੀ PRTC ਦੀ ਬੱਸਾਂ ਜਿਹੜੀਆਂ ਆਨਲਾਈਨ ਬੁਕਿੰਗ ਹੁੰਦੀਆਂ ਪੰਜਾਬ ਟੂ ਦਿੱਲੀ 에어ਪੋਰਟ ਵਾਸਤੇ ਉਹ ਸਾਡੀ ਸਾਰੀ ਜਿਹੜੀ ਸਾਡਾ ਆਪਰੇਸ਼ਨ ਹੈ ਉਹ ਕੱਲ ਦੁਪਹਿਰ ਤੱਕ ਸਾਰਾ ਇਸੇ ਤਰ੍ਹਾਂ ਹੀ ਨਾਰਮਲ ਹੋਊਗਾ। ਖਡਾਣਾ ਸਾਹਿਬ ਜੇ ਕੱਲ ਤੋਂ ਬਾਅਦ ਵੀ ਹਾਲਾਤ ਇਸੇ ਤਰ੍ਹਾਂ ਰਹਿੰਦੇ ਨੇ ਤਾਂ ਅੱਗੇ ਕੀ ਕਦਮ ਚੱਕੇ ਜਾਣਗੇ ਕਿਉਂਕਿ ਐਮਰਜੈਂਸੀ ਹਾਲਾਤ ਦੇ ਵਿੱਚ ਤੇਲ ਲੈਂਣ ਦੀ ਗੱਲ ਕੀਤੀ ਜਾਵੇ ਕੋਈ ਜਿਨ੍ਹਾਂ ਨਾਲ ਤੁਹਾਡਾ ਐਮਓਯੂ ਸਾਈਨ ਹੋਇਆ ਹੋਇਆ ਤੇਲ ਕੰਪਨੀ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਹੋਵੇ ਉਹਨਾਂ ਨੂੰ ਕੀ ਭਰੋਸਾ ਦਿੱਤਾ ਹੋਵੇ। ਦੇਖੋ ਸਾਡੇ ਕੱਲ ਸਵੇਰ ਤੋਂ ਸਾਡੇ ਰਾਬਤੇ ਜਾਂ ਇੰਡੀਅਨ ਆਇਲ ਦੇ ਜਿਹੜੇ ਜਨਰਲ ਅਧਿਕਾਰੀ ਨੇ ਤੇ ਸਾਡੇ ਕੋਲ ਜਿਹੜੀ ਇੰਡੀਅਨ ਔਇਲ ਵੱਲੋਂ ਜਿਹੜੀ ਲਾਸਟ ਸਾਨੂੰ ਸਪਲਾਈ ਆਈ ਸੀ ਉਹ ਸਾਨੂੰ ਸਪਲਾਈ ਆਈ ਸੀਗੀ ਸੈਟਰਡੇ ਜੀ ਤੇ ਸੈਟਰਡੇ ਤੋਂ ਲੈ ਕੇ ਅਸੀਂ ਯਾਨੀ ਕਿ ਬਿਨਾਂ ਸਪਲਾਈ ਤੋਂ ਅਸੀਂ ਅੱਜ ਕੰਮ ਚਲਾ ਰਹੇ ਹਾਂ ਕਿਉਂਕਿ ਸਾਡੇ ਦੀਪੂਆਂ ਕੋਲ ਕਿਤੇ ਨਾ ਕਿਤੇ ਇੱਕ ਐਮਰਜੈਂਸੀ ਕੋਟਾ ਵੀ ਹੁੰਦਾ ਪਰ ਉਹ ਐਮਰਜੈਂਸੀ ਕੋਟਾ ਵੀ ਕੱਲ ਦੁਪਹਿਰ ਜਾਂ ਵੱਧ ਤੋਂ ਵੱਧ ਕੁਝ ਦੀਪੂਆਂ 'ਚ ਅਸੀਂ ਕੱਲ ਸ਼ਾਮ ਤੱਕ ਹੀ ਬੱਸਾਂ ਚਲਾ ਪਾਵਾਂਗੇ ਜੀ ਤੇ ਅੱਜ ਵੀ ਹੁਣ 2 ਘੰਟੇ ਪਹਿਲਾਂ ਹੀ ਮੇਰੀ ਇੰਡੀਅਨ ਔਇਲ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਇਹ ਉਹਨਾਂ ਵੱਲੋਂ ਕਿਹਾ ਗਿਆ ਵੀ ਜਿਹੜੇ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਐ ਕੁਝ ਉਹਨਾਂ ਨਾਲ ਇਸ ਤਰੀਕੇ ਗੱਲ ਚੱਲ ਰਹੀ ਐ ਵੀ ਸ਼ਾਇਦ ਉਹਨਾਂ ਨਾਲ ਸਪਲਾਈ ਵਾਲਾ ਸਿਸਟਮ ਖੋਲ ਦਿੱਤਾ ਜਾਊਗਾ ਪਰ ਜਿਹੜੇ ਟਰਾਂਸਪੋਰਟਰ ਵਾਲੇ ਜਿਨ੍ਹਾਂ ਨੇ ਹੜਤਾਲ ਕੀਤੀ ਐ ਪਰ ਉਹ ਇਸ ਚੀਜ਼ ਤੇ ਬਜਿੱਦਾ ਵੀ ਅਸੀਂ ਕਿਸੇ ਨੂੰ ਵੀ ਗੱਡੀਆਂ ਨਹੀਂ ਭਰਨ ਦਵਾਂਗੇ ਉਮੀਦ ਐ ਵੀ ਸ਼ਾਇਦ ਕੱਲ ਸਵੇਰ ਤੱਕ ਹਾਲਾਤ ਨੋਰਮਲ ਹੋ ਜਾਣ ਇਹ ਹੜਤਾਲ ਦੇ ਸਬੰਧ ਵਿੱਚ ਜੀ ਸੋ ਰਣਜੋਤ ਸਿੰਘ ਹਡਾਣਾ ਨੇ ਪੀਆਰਟੀਸੀ ਦੇ ਚੇਅਰਮੈਨ ਜਿਨ੍ਹਾਂ ਨੇ ਸਾਫ਼ ਕਿਹਾ ਕਿ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈਗੀ ਯਾਤਰੀਆਂ ਨੂੰ ਕਿਉਂਕਿ ਕੱਲ ਤੱਕ ਪੂਰੇ ਪੰਜਾਬ ਦੇ ਵਿੱਚ ਬਸਾਂ ਚੱਲਣ ਦੇ ਲਈ ਪ੍ਰਾਪਤ ਜਿਹੜਾ ਡੀਜ਼ਲ ਹੈਗਾ ਉਹ ਪੀਆਰਟੀਸੀ ਦੇ ਕੋਲੇ ਹੈ ਦੂਜੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੀਆਂ ਬਾਹਰਲੇ ਰਾਜਾਂ ਨੂੰ ਖਾਸ ਕਰਕੇ ਦਿੱਲੀ 에ਰਪੋਰਟ ਨੂੰ ਆਨਲਾਈਨ ਬਸਾਂ ਦੀ ਬੁਕਿੰਗ ਵਾਲੀਆਂ ਬਸਾਂ ਨੇ ਚੱਲਣਾ ਹੈ ਉਹ ਕੱਲ ਤੱਕ ਬਿਲਕੁਲ ਚੱਲਣਗੀਆਂ ਤੇ ਕੱਲ ਸ਼ਾਮ ਤੋਂ ਬਾਅਦ ਕੋਈ ਅਮਰਜੈਂਸੀ ਹੰਗਾਮੀ ਹਾਲਤ ਪੈਦਾ ਹੋ ਸਕਦੀ ਹੈ ਪਰ ਉਹਦੇ ਉੱਪਰ ਵੀ ਪੀਆਰਟੀਸੀ ਦੇ ਵੱਲੋਂ ਨਜ਼ਰ ਰੱਖੀ ਹੋਈ ਹੈ ਖੁਦ ਚੇਅਰਮੈਨ ਸਾਹਿਬ ਨੇ ਹਰ ਡੀਪੂ ਦੇ ਜਿਹੜੇ ਜੀਐਮ ਨੇ ਉਹਨਾਂ ਨਾਲ ਰਾਬਤਾ ਕਾਇਮ ਰੱਖਿਆ ਹੈ ਥੋੜੇ ਥੋੜੇ ਸਮੇਂ ਬਾਅਦ ਜਾਣਕਾਰੀ ਲਈ ਜਾ ਰਹੀ ਹੈ ਕਿ ਕਿਸੇ ਡੀਪੂ ਦੇ ਵਿੱਚ ਬਸਾਂ ਦੀ ਆਵਾਜਾਈ ਨੂੰ ਲੈ ਕੇ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਕਿਸੇ ਵੀ ਅਫਵਾਹ ਦੇ ਉੱਪਰ ਅਸਰ ਕਰਨ ਦੀ ਲੋੜ ਨਹੀਂ ਹੈਗੀ ਕਿ ਬਸਾਂ ਬੰਦ ਹੋ ਰਹੀਆਂ ਨੇ ਸੋ ਕੱਲ ਸ਼ਾਮ ਤੱਕ ਪੰਜਾਬ ਦੇ ਯਾਤਰੀਆਂ ਦੇ ਲਈ ਪੀਆਰਟੀਸੀ ਦੇ ਵੱਲੋਂ ਰਾਹਤ ਭਰੀ ਖਬਰ ਹੈ ਕਿ ਕੋਈ ਵੀ ਸੇਵਾ ਦੇ ਉੱਪਰ ਅਸਰ ਨਹੀਂ ਪਾਊਗਾ ਪਟਿਆਲਾ ਤੋਂ ਮਨੋਸ਼ ਸ਼ਰਮਾ న్యూਸ 18 ਪੰਜਾਬ